ਦਰਖਾਸਤ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਉਹਨੂੰ ਕਿਸੇ ਪੂਰੇ ਤਰੀਕੇ ਨਾਲ ਕਾਬੂ ਕੀਤਾ ਜਾਵੇ। ਕੋਈ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਵੇ ਕਿ ਉਹ ਸਮਾਜ ਨੂੰ ਬਰਬਾਦ ਕਰਨ ਵਾਲੇ ਕੋਈ ਉਪਰਾਲੇ ਕਰ ਰਹੇ ਹੋਣ। ਇਸ ਕਰਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਸੰਬੰਧ ਵਿੱਚ ਅੱਜ ਇੱਥੇ 3 ਜ਼ੋਨ ਵਿੱਚ ਵੰਡ ਕੇ ਅੰਮ੍ਰਿਤਸਰ ਦੇ ਜਿਹੜੇ ਹੌਟ ਸਪੌਟ ਆਪਾਂ ਜਿਹਨੂੰ ਆਈਡੈਂਟੀਫਾਈ ਕੀਤਾ ਹੋਇਆ ਕਿ ਸਾਨੂੰ ਸ਼ੱਕ ਹੈਗਾ ਕਿ ਉੱਥੇ ਇਹ ਐਕਟੀਵਿਟੀ ਹੋ ਸਕਦੀ ਹੈ, ਉਹਦੇ ਵਿੱਚ 17 ਪੁਲਿਸ ਥਾਣਿਆਂ ਵਿੱਚ ਇਹ 25 ਮੁਹੱਲੇ ਹੈਗੇ ਨੇ ਬਸਤੀਆਂ ਜਿਹਦੇ ਵਿੱਚ ਸਾਡੇ ਵੱਲੋਂ ਇਹ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ। ਇਸ ਅਭਿਆਨ ਦੌਰਾਨ ਮਾਨਯੋਗ ਡੀ ਜੀ ਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਅਸੀਂ ਸਾਰਾ ਓਵਰਆਲ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਉਹਦੇ ਤਹਿਤ ਹੀ ਅਸੀਂ ਸਾਡਾ ਗੇਟ ਕੀਮਾ ਦਾ ਏਰੀਆ ਅਤੇ ਬਾਕੀ ਉਹ ਸਾਰੇ ਏਰੀਆਜ ਜਿੱਥੇ ਨਸ਼ਿਆਂ ਦਾ ਜ਼ਿਆਦਾ ਬੋਲਬਾਲਾ ਹੈਗਾ ਉੱਥੇ ਅਸੀਂ ਆਪਣੇ ਕੋਆਰਡੀਨੇਟ ਸਰਚ ਕਰਕੇ ਚੈੱਕ ਕਰ ਰਹੇ ਹਾਂ। हमारे चैनल को सब्सक्राइब करके आप सिर्फ एक दर्शक नहीं बल्कि इस कम्युनिटी की पहल का हिस्सा बन जाते हैं, तो उस लाइक बटन को दबा दीजिए, सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो, और क्राइम ट्रैकर्स 24x7 के साथ अपने कान जमीन से जुड़े रखिए।